ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰੀ ਫੇਰ ਵਿਰੋਧੀ ਧਿਰ ਦੇ ਲੀਡਰਾਂ ਨੂੰ 1 ਨਵੰਬਰ ਵਾਲੀ ਬਹਿਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਤਾਂ ਹਰ ਹਾਲਤ ਦੇ ਵਿੱਚ 1 ਨਵੰਬਰ ਨੂੰ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਆਡੀਟੋਰੀਅਮ ਦੇ ਵਿੱਚ ਪਹੁੰਚਾਂਗਾ ਸਾਰਿਆਂ ਦੀਆਂ ਕੁਰਸੀਆਂ ਵੀ ਲਾਈਆਂ ਜਾਣਗੀਆਂ ਖੁੱਲੀ ਬਹਿਸ ਦਾ ਇੱਕ ਵਾਰੀ ਫੇਰ ਤੋਂ ਸੱਦਾ ਦਿੰਦਾ ਹਾਂ ਪਰ ਉਹਨਾਂ ਨੇ ਕਿਹਾ ਕਿ ਆਪਣੇ ਗੁਨਾਹਾਂ ਤੋਂ ਪਰਦਾ ਚੁੱਕੇ ਜਾਣ ਦੇ ਡਰੋਂ ਵਿਰੋਧੀ ਧਿਰ ਦੇ ਲੀਡਰ ਖੁੱਲੀ ਬਹਿਸ ਤੋਂ ਭੱਜ ਰਹੇ ਨੇ ਇਹਨਾਂ ਸਾਰਿਆਂ ਦੀ ਸੂਬੇ ਨੂੰ ਬਰਬਾਦ ਕਰਨ ਵਾਲੇ ਲੋਕਾਂ ਨਾਲ ਗੰਢ ਤੁਪਸੀ ਇਸੇ ਕਰਕੇ ਬਹਿਸ ਵਿੱਚ ਆਉਣ ਤੋਂ ਇਹ ਪਾਸਾ ਵਟ ਰਹੇ ਨੇ ਇਹਨਾਂ ਲੀਡਰਾਂ ਨੇ ਪੰਜਾਬ ਤੇ ਪੰਜਾਬੀਆਂ ਨਾਲ ਹਮੇਸ਼ਾ ਗਦਾਰੀ ਕੀਤੀ ਤੇ ਲੋਕ ਇਹਨਾਂ ਨੂੰ ਕਦੇ ਵੀ ਮਾਫ਼ ਨਹੀਂ ਕਰਨਗੇ ਕਹਿੰਦੇ ਇਹ ਲੀਡਰ ਸੱਚ ਦਾ ਸਾਹਮਣਾ ਕਰਨ ਤੋਂ ਡਰਦੇ ਨੇ ਬੈਸ ਵਿੱਚ ਨਾ ਆਉਣ ਦੇ ਲਈ ਇੱਕ ਤੋਂ ਬਾਅਦ ਇੱਕ ਬਹਾਨਾ ਘੜ ਰਹੇ ਨੇ ਹੁਣ ਮੈਂ ਉਹਨਾਂ ਨੂੰ ਕਿਹਾ ਰੋਜ਼ ਕੁਛ ਨਾ ਕੁਛ ਅੱਜ 1 ਨਵੰਬਰ ਪੰਜਾਬ ਦੇ ਐ ਕੱਲੇ ਐਸਵਾਈਐਲ ਤੇ ਨਹੀਂ ਮੈਂ ਸਾਰੇ ਪੰਜਾਬ ਦੇ ਮੁੱਦਿਆਂ ਤੇ ਬਹਿਸ ਕਰਨੀ ਚਾਹੁੰਨਾ 1 ਨਵੰਬਰ 1966 ਨੂੰ ਪੰਜਾਬ ਬਣਿਆ ਸੀ ਉਦੋਂ ਤੋਂ ਲੈ ਕੇ ਕਿੱਥੇ ਕਿੱਥੇ ਕਿਸਾਨੀ ਕਿਵੇਂ ਖਤਮ ਹੋਈ ਲਾਹੇਵੰਦਨ ਦਾ ਘਾਟੇ ਦਾ ਸੌਦਾ ਕਿਵੇਂ ਬਣਿਆ ਕਿੱਥੇ ਕਿੱਥੇ ਸਾਡਾ ਪਾਣੀ ਲੁੱਟਿਆ ਗਿਆ ਕਿਵੇਂ ਕਿਵੇਂ ਸਾਡਾ ਡਰੱਗ ਵਾਲਾ ਜਿਹੜਾ ਨੈਕਸਸ ਉਹ ਵਧਿਆ ਕਿਵੇਂ ਸਾਡੀ ਟ੍ਰਾਂਜੀਟ ਸਟੇਟ ਸੀ ਜਿਹੜੀ ਡਰੱਗ ਦੀ ਉਹ ਕੰਜ਼ਿਊਮਿੰਗ ਸਟੇਟ ਬਣ ਗਈ ਕਿਵੇਂ ਕਿਵੇਂ ਸਾਡਾ ਵਪਾਰ ਇੱਥੋਂ ਬਾਹਰਲੇ ਸੂਬਿਆਂ ਨੂੰ ਗਿਆ ਕਿਵੇਂ ਸਾਡੇ 9 ਜਾਨ ਮੁੰਡੇ ਬ੍ਰੇਨ ਡレイン ਹੋਣ ਹੋਇਆ ਜਿਹੜਾ ਬਾਹਰਲੇ ਮੁਲਕਾਂ ਨੂੰ ਭੱਜਣ ਲੱਗੇ ਵੀ ਬਸ ਸਾਰੇ ਮੁੱਦਿਆਂ ਤੇ ਡਿਬੇਟ ਕਰਾਂਗੇ ਕੋਈ ਉੱਥੇ ਵੋਟਾਂ ਮੰਗਣ ਨਹੀਂ ਜਾ ਰਹੇ ਜਾਂ ਇੱਕ ਦੂਜੇ ਨੂੰ ਹਰਾਉਣ ਨਹੀਂ ਜਾ ਰਹੇ ਤੁਸੀਂ ਆਪਣਾ ਪੱਕਾ ਰੱਖ ਲਓ ਕਿਉਂਕਿ ਤੁਸੀਂ ਉਹ ਰਾਜ ਕੀਤਾ ਇਤਨਾ ਸਵਾ ਸਾਲ ਡੇਢ ਸਾਲ ਹੋਇਆ ਵੀ ਆਜੋ ਉੱਥੇ ਬੈਹ ਜਾਨੇ ਨਾ ਬਹਾਨੇ ਲਾਈ ਜਾਂਦੇ ਹੋ ਅਸੀਂ ਤਾਂ ਉਹਦੇ ਉੱਥੇ ਜਾਵਾਂਗੇ ਅਸੀਂ ਅਗਲੇ ਦਿਨ ਚੱਲ ਜੀ ਉੱਥੇ ਕਿਉਂਕਿ ਚੋਰ ਦੇ ਦਿਲ ਚ ਪਾਲਾ ਹੁੰਦਾ ਪਿੰਡ ਚ ਪੁਲਿਸ ਭਾਵੇਂ ਕਿਸੇ ਹੋਰ ਦੇ ਆਈ ਹੋਵੇ ਜਿਹੜਾ ਚੋਰ ਹੁੰਦਾ ਨਾ ਉਹ ਐਵੇਂ ਨਗੌਂਡੀਆਂ ਦੇ ਘਰੇ ਛਾਲ ਮਾਰਦਾ ਕਹਿੰਦੇ ਉੱਥੋਂ ਦੀ ਮੈਂ ਵੀ ਮੈਨੂੰ ਪੈ ਗਈ ਹੋਣੀ ਪੁਲਿਸ ਆਹਾ ਡਰਿਆ ਉਹਨਾਂ ਨੂੰ ਕਿਉਂਕਿ ਮੈਨੂੰ ਮੂਝਵਾਨੀ ਜਿਆਦਾ ਸਾਰਾ ਕੁਝ ਕਿ ਕਿੱਥੇ ਕਿੱਥੇ ਕਦੋਂ ਕਦੋਂ ਪੰਜਾਬ ਲੁੱਟਿਆ ਨਹੀਂ ਹੁੰਦੇ ਨਾ ਹਣ ਮੈਂ ਤਾਂ ਜਾਊਂਗਾ ਮੈਂ ਜਾਊ 1 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ 1 ਨਵੰਬਰ ਦਾ ਸਾਰੇ ਲੀਡਰਾਂ ਦਾ ਮੈਨੂ ਵੀ ਦੱਸ ਦਿੱਤਾ ਕਹਿੰਦੇ ਕੁਰਸੀਆਂ ਵੀ ਢਾਕੇ ਰੱਖਾਂਗੇ ਸਾਰਿਆਂ ਦੇ ਨਾਮ ਵੀ ਲਿਖੇ ਜਾਣਗੇ ਕੁਰਸੀਆਂ ਤੇ ਤੇ ਹਰ ਲੀਡਰ ਦੀ ਪਸੰਦੀਦਾ ਖਾਣਾ ਵੀ ਖੁੱਲੀ ਬਹਿਸ ਦੇ ਪ੍ਰੋਗਰਾਮ ਦੇ ਵਿੱਚ ਦਿੱਤਾ ਜਾਊਗਾ ਤੇ ਖਾਣੇ ਦਾ ਮੈਨੂ ਦੱਸਦਿਆਂ ਉਹਨਾਂ ਨੇ ਸਾਰੇ ਲੀਡਰਾਂ ਤੇ ਕੱਲੇ-ਕੱਲੇ ਤੇ ਖਾਣੇ ਦੇ ਬਹਾਨੇ ਤੰਜ ਵੀ ਕੱਸ ਦਿੱਤਾ ਉਹ ਕੁਰਸੀਆਂ ਲਾਉਂ ਮੈਂ ਉਹਨਾਂ ਦੀਆਂ ਉਹਦੇ ਨਾਮ ਵੀ ਲਿਖੂੰਗਾ ਵੀ ਇੱਥੇ ਆ ਬੈਠੋ ਇੱਥੇ ਆ ਬੈਠੋ ਉਹਨਾਂ ਦੀ ਪਸੰਦ ਦਾ ਖਾਣਾ ਵੀ ਰੱਖਾਂਗੇ ਸੁਖਵੀਰ ਬਾਲ ਦੀ ਕੁਰਸੀ ਮੂਰੇ ਡਾਈਟ ਕੋਕ ਤੇ ਪੀਜ਼ਾ ਰੱਖ ਦਾਂਗੇ ਬਾਜਵੇ ਦੀ ਕੁਰਸੀ ਮੂਰੇ ਇੱਕ ਬਲੈਕ ਕਾਫੀ ਰੱਖ ਦਾਂਗੇ ਸੁਨੀਲ ਜਾਖੜ ਦੀ ਕੁਰਸੀ ਦੇ ਮੂਰੇ ਕਿਨੂਆ ਦਾ ਗਲਾਸ ਰੱਖ ਦਾਂਗੇ ਜੂਸ ਦਾ ਗਲਾਸ ਰੱਖ ਦਾਂਗੇ ਰਾਜੇ ਬੜਿੰਗ ਦੀ ਕੁਰਸੀ ਦੇ ਮੂਰੇ ਚਾਹ ਰੱਖ ਦਾਂਗੇ ਜੋ ਖਾਂਦੇ ਵੀ ਨਹੀਂ ਇਹ ਇਹ ਨਾ ਸਮਝਣਗੇ ਅਸੀਂ ਭੁੱਖੇ ਮਰਾਂਗੇ ਬਕਾਇਦਾ ਉਹਨਾਂ ਦੀ ਪਸੰਦ ਆ ਉੱਥੇ ਖਾਣਾ ਪੀਣਾ ਮਿਲੂਗਾ ਪਰ ਆਓ ਸਹੀ ਉੱਥੇ ਕੇਰਾ ਉਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫੇਰ ਬਹਿਸ ਦੇ ਮੁੱਦੇ ਤੇ ਜਵਾਬ ਦਿੰਦਿਆਂ ਕਿਹਾ ਕਿ ਹੈ ਕਿ ਅਸੀਂ ਨਕਲੀ ਮੁੱਖ ਮੰਤਰੀ ਨਾਲ ਨਹੀਂ ਬਲਕਿ ਅਸਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਬਹਿਸ ਕਰਾਂਗੇ ਨਾਲ ਹੀ ਉਹਨਾਂ ਨੇ ਇਲਜ਼ਾਮ ਲਾਇਆ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਐਸਵਾਈਐਲ ਦਾ ਸਰਵੇ ਨਾ ਕਰਨ ਦੇਣ ਦੇ ਦਾਅਵੇ ਕਰ ਰਹੇ ਨੇ ਤੇ ਦੂਸਰੇ ਪਾਸੇ ਜਲ ਸਰੋਤ ਵਿਭਾਗ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੋਇਆ ਹੈ ਕਿ ਪੰਜਾਬ ਸਰਕਾਰ ਐਸਵਾਈਐਲ ਦਾ ਸਰਵੇ ਕਰਵਾਉਣ ਜਾ ਰਹੀ ਹੈ ਅੱਜ ਨਕਲੀ ਮੁੱਖ ਮੰਤਰੀ ਦਾ ਬਿਆਨ ਆਇਆ ਹੈ ਭਗਵੰਦ ਮਾਨ ਦਾ ਕਿ ਅਸੀਂ ਸਰਵੇ ਟੀਮਾਂ ਨੂੰ ਮਨ ਨਹੀਂ ਦੇਵਾਂਗੇ ਤੇ ਨਾਲ ਦੇ ਨਾਲ ਪੰਜਾਬ ਸਰਕਾਰ ਦੇ ਪੋਰਟਲ ਤੇ ਸਰਵੇ ਦਾ ਕੰਮ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ ਹੈ ਪੰਜਾਬ ਸਰਕਾਰ ਨੇ ਐਸਵਾਈਐਲ ਦਾ ਆਫੀਸ਼ਲ ਇਹਨਾਂ ਦੀ ਰਿਲੀਜ਼ ਹੈ ਤੇ ਕਹਿੰਦਾ ਕੀ ਸੀ ਮੈਂ ਵੰਡ ਹੀ ਦੂੰਗਾ ਕਿਉਂਕਿ ਉਤੋਂ ਡੰਡਾ ਚੜਿਆ ਇਹਨੂੰ ਹੁਣ ਇਹਨੂੰ ਪਤਾ ਹੈ ਕਿ ਮੈਂ ਮਰੇ ਛਿੱਤਰ ਪੈਣਗੇ ਪੰਜਾਬ ਦੀ ਜਨਤਾ ਤੋਂ ਸੋ ਜਾਣ ਕੇ ਬਿਆਨ ਕੁਝ ਦੇਵਗਾ ਅੰਦਰ ਕੰਮ ਕਰੀ ਹੋਰ ਕਰੀ ਜਾਂਦੇ ਸੱਡ ਡਿਬੇਟ ਤੇ ਜਾਉਂਗੇ ਕਿਹੜੀ ਡਿਬੇਟ ਜੀ ਉਹ ਕਹਿੰਦੇ ਸੀ ਕੁਰਸੀ ਖਾਲੀ ਰੱਖਾਂਗੇ ਜੀ ਖਾਲੀ ਬਣ ਕਰਾਏ ਖਾਲੀ ਕੁਰਸੀ ਤੇ ਪੁਤਲੇ ਬਿਠਾਵਾਂਗੇ ਇਹ ਗੱਲ ਹੈ ਉਹ ਨਕਲੀ ਨਕਲੀ ਬੰਦੇ ਨੂੰ ਅਸੀਂ ਜੇ ਕਰਾਂਗੇ ਤਾਂ ਅਸਲੀ ਨਾਲ ਅਸਲੀ ਮੁੱਖ ਮੰਤਰੀ ਨਾਲ ਇਹਦੇ ਪੱਲੇ ਕੀ ਹੈ ਆ ਤਾਂ ਮੁੱਖ ਮੰਤਰੀ ਹੈ ਹੀ ਨਹੀਂ ਦੂਸਰੀ ਪਾਸੇ ਪੰਜਾਬ ਸਰਕਾਰ ਨੇ ਵੀ ਤਾਜ਼ਾ ਪ੍ਰੈਸ ਬਿਆਨ ਜਾਰੀ ਕੀਤਾ ਹੈ ਕਿ ਜੋ ਸੋਸ਼ਲ ਮੀਡੀਆ ਤੇ ਜਲ ਸਰੋਤ ਵਿਭਾਗ ਦਾ 12 ਅਕਤੂਬਰ ਦਾ ਜਾਰੀ ਕੀਤਾ ਨੋਟੀਫਿਕੇਸ਼ਨ ਵਾਇਰਲ ਹੋ ਰਿਹਾ ਹੈ ਉਹ ਨਵੇਂ ਭਰਤੀ ਕੀਤੇ ਇੰਜੀਨੀਅਰਾਂ ਨੇ ਗਲਤੀ ਦੇ ਨਾਲ ਜਾਰੀ ਕਰ ਦਿੱਤਾ ਸਰਕਾਰ ਨੇ ਸਪਸ਼ਟ ਕੀਤਾ ਕਿ ਐਸਓਐਲ ਨਹਿਰ ਦਾ ਸਰਵੇ ਇਸੇ ਸਾਲ ਫਰਵਰੀ ਮਹੀਨੇ ਦੇ ਵਿੱਚ ਕਰਵਾਇਆ ਗਿਆ ਸੀ ਜੋ ਕਿ ਇੱਕ ਪ੍ਰਕਿਰਿਆ ਦਾ ਹਿੱਸਾ ਸੀ ਤੇ ਨਵੇਂ ਭਰਤੀ ਕੀਤੇ ਜਿਹੜੇ ਇੰਜੀਨੀਅਰ ਨੇ ਉਹ ਇਸ ਮੁੱਦੇ ਤੋਂ ਅਣਜਾਣ ਸਨ ਇਸ ਕਰਕੇ ਉਹਨਾਂ ਨੇ ਇਹ ਨੋਟੀਫਿਕੇਸ਼ਨ ਕੱਢ ਦਿੱਤਾ ਪਰ ਕੋਈ ਵੀ ਅਜਿਹਾ ਸਰਵੇ ਨਹੀਂ ਕਰਵਾਇਆ ਜਾ ਰਿਹਾ ਇਸਤੇ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਸਵਾਲ ਪੁੱਛਿਆ ਹੈ ਕਹਿੰਦੇ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਸਰਵੇ ਕਰਨਾ ਹੀ ਨਹੀਂ ਤਾਂ ਇਸ ਸਰਵੇ ਨੂੰ ਕਰਨ ਦੀ ਪੜਾਈ ਦੀਆਂ ਕਲਾਸਾਂ ਲਾਉਣ ਨੂੰ ਬੇਵਕੂਫਾਨਾ ਕਦਮ ਸਮਝੀਏ ਜਾਂ ਝੂਠ ਫਰੇਬ ਚਲਾਕੀ ਤੇ ਪੰਜਾਬ ਦੇ ਨਾਲ ਧੋਖੇਬਾਜ਼ੀ ਉਧਰ ਆਮ ਆਦਮੀ ਪਾਰਟੀ ਨੇ ਫੇਰ ਸੁਖਬੀਰ ਬਾਦਲ ਨੇ ਜਵਾਬ ਦਿੱਤਾ ਪਾਰਟੀ ਦੇ ਮੁਖ ਬੁਲਾਰੇ ਮਾਲਵਿੰਦਰ ਸਿੰਘ ਕੰਗਨੇ ਕਿਹਾ ਕਿ ਪ੍ਰਧਾਨ ਸਾਹਿਬ ਮਾਨ ਸਾਹਿਬ ਨੇ ਪੰਜਾਬ ਨਹੀਂ ਬਲਕਿ ਤੁਹਾਡਾ ਸਿਆਸੀ ਕਾਰੋਬਾਰ ਤਬਾਹ ਕੀਤਾ ਹੈ ਦਰਅਸਲ ਸੁਖਬੀਰ ਬਾਦਲ ਨੇ ਇਹੀ ਕਿਹਾ ਇਹ ਵੀ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਕਹਿੰਦੇ ਆਕਾਲੀ ਦਲ ਦੇ ਇਤਿਹਾਸ ਚ ਪਹਿਲੀ ਵਾਰੀ ਆਕਾਲੀ ਦਲ ਸੁੰਗੜ ਕੇ ਮੈਸ 3 ਸੀਟਾਂ ਤੇ ਆ ਗਿਆ ਅੰਦਰ ਕੁਝ ਕਹਿਣਾ ਤੇ ਬਾਹਰ ਆ ਕੇ ਕੁਝ ਹੋਰ ਰੀਤ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਹਮੇਸ਼ਾ ਰਹੀ ਹੈ ਕਹਿੰਦੇ ਪਹਿਲਾਂ ਤੁਸੀਂ ਤਾਊ ਦੇਵੀ ਲਾਲ ਨੂੰ ਖੁਸ਼ ਕਰਨ ਲਈ ਐਸ.ਵੀ.ਐਲ ਲਈ ਜ਼ਮੀਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਬਾਅਦ ਵਿੱਚ ਬਠੜ ਖੋਂਦੇ ਵੇਖੇ ਗਏ ਕਾਂਗਰਸ ਸੁਬੀਰ ਬਾਦਲ ਨੂੰ ਸੁਨੇਹਾ ਭੇਜਿਆ ਕਿ ਪਹਿਲੀ ਵਾਰੀ ਕਿਸੇ ਮੌਜੂਦਾ ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ਨੂੰ ਖੁੱਲੀ ਬਹਿਸ ਲਈ ਸੱਦਿਆ ਹੁਣ ਭੱਜੋ ਨਾ ਚੈਲੰਜ ਸਵੀਕਾਰ ਕਰੋ ਤੁਹਾਡੇ ਲਈ ਡਾਈਟ ਕੋਕ ਤੇ ਪੀਜ਼ਾ ਦਾ ਪ੍ਰਬੰਧ ਜ਼ਰੂਰ ਕੀਤਾ ਜਾਏਗਾ ਸੋਐਸਵਾਈਐਲ ਦੇ ਮੁੱਦੇ ਤੇ ਰੋਜ਼ਾਨਾ ਕੋਈ ਨਾ ਕੋਈ ਬਿਆਨਬਾਜ਼ੀ ਸਿਆਸੀ ਧਿਰਾਂ ਦੇ ਵੱਲੋਂ ਆਉਂਦੀ ਰਹਿੰਦੀ ਹੈ ਪੰਜਾਬ ਦੇ ਮੁੱਖ ਮੰਤਰੀ 1 ਨਵੰਬਰ ਨੂੰ ਬਹਿਸ ਕਰਵਾਉਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਦ੍ਰਿੜ ਨੇ ਪਰ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਉਹ ਇੱਥੇ ਪਹੁੰਚਣ ਤੋਂ ਅਨਾਕਾਨੀ ਕਰ ਰਹੀਆਂ ਨੇ ਜੋ ਕਿ ਨਹੀਂ ਹੋਣੀ ਚਾਹੀਦੀ ਕਿਉਂਕਿ ਵਿਰੋਧੀ ਤਰ੍ਹਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਦਿਆਂ ਤੇ ਸਰਕਾਰ ਨੂੰ ਘੇਰਦਿਆਂ ਨੇ ਤੇ ਹੁਣ ਸਰਕਾਰ ਦੇ ਜਾਂ ਕਹਿ ਲਈਏ ਕਿ ਪੰਜਾਬ ਦੇ ਮੁੱਖ ਮੰਤਰੀ ਖੁਦ ਬਹਿਸ ਦੇ ਲਈ ਸੱਦ ਰਹੇ ਨੇ ਤਾਂ ਇਹ ਮੌਕਾ ਗਵਾਉਣਾ ਨਹੀਂ ਚਾਹੀਦਾ ਤੇ ਐਸਵਾਈਐਲ ਦੇ ਮੁੱਦੇ ਤੇ ਸਿਰਫ ਸਿਆਸੀ ਤਰ੍ਹਾਂ ਹੀ ਨਹੀਂ ਬਲਕਿ ਧਾਰਮਿਕ ਲੀਡਰ ਨੇ ਜਿਹੜੇ ਉਹ ਵੀ ਉਹ ਵੀ ਬਿਆਨ ਦੇ ਰਹੇ ਨੇ ਮਤਵਾਸੀ ਜਥੇਦਾਰ ਪਾਈ ਧਿਆਨ ਸਿੰਘ ਮੰਡ ਨੇ ਸੂਬੇ ਦੀਆਂ ਸਾਰੀਆਂ ਸਿਆਸੀ ਤਰ੍ਹਾਂ ਨੂੰ ਕਿਹਾ ਕਿ ਉਹ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਸਿਆਸਤ ਕਰਨ ਦੀ ਬਜਾਏ ਪਾਣੀਆਂ ਦੀ ਪਹਿਰੇਦਾਰੀ ਵਾਲੀ ਪਹੁੰਚ ਅਪਣਾਉਣ ਉਹਨਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਸਭ ਤੋਂ ਵੱਡੇ ਦਰਿਆਈ ਪਾਣੀਆਂ ਦੇ ਮੁੱਦੇ ਤੇ ਜਦੋਂ ਚੋਣਾ ਆਉਂਦੀਆਂ ਨੇ ਤਾਂ ਇਹ ਮੁੱਦਾ ਸਿਆਸੀ ਪਾਰਟੀਆਂ ਚੱਕ ਲੈਂਦੀਆਂ ਨੇ ਤੇ ਚੋਣਾ ਲੰਘ ਜਾਣ ਤੋਂ ਬਾਅਦ ਇਹਨੂੰ ਠੰਡੇ ਬਸਤੇ 'ਚ ਪਾ ਦਿੰਦੀਆਂ ਨੇ